ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸੋ ਲੋਹੜੀ ਦਾ ਦਿਨ ਅੱਜ, ਸਾਰਿਆਂ ਨੂੰ ਪਹਿਲਾਂ ਹੈਪੀ ਲੋਹੜੀ। ਨਾਪਰੀ ਤਾਂ ਗਿਆ ਹੈਗੀ ਬਲੌਕ 'ਚ, ਮੈਂ ਹੁਣੇ ਹੁਣੇ ਡਿਊਟੀ ਤੋਂ ਆਇਆ ਸੀਗਾ। ਸੋ ਹੁਣ ਆਪਾਂ ਕਰਦੇ ਹਾਂ ਲੋਹੜੀ ਦੀ ਤਿਆਰੀ, ਕਿਉਂਕਿ ਇਹਨਾਂ ਨੇ ਕਰੀ ਨਹੀਂ, ਕਿਉਂਕਿ ਆ ਕੇ ਹਰੇਕ ਸਾਲ ਮੈਂ ਹੀ ਕਰਦਾ। ਸੋ ਆਪਾਂ ਹੁਣ ਕਰਦੇ ਲੋਹੜੀ ਦੀ ਤਿਆਰੀ, ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਸੋ ਨਾਲੇ ਹੌਲੀ ਹੌਲੀ ਸੈਲੀਬ੍ਰੇਟ ਕਰਾਂਗੇ। ਇਸ ਵਾਰ ਆਪਾਂ ਇਕੱਲੇ ਫੈਮਿਲੀ, ਘਰ ਦੇ ਮੈਂਬਰ ਹੀ ਕਰਾਂਗੇ। ਡੈਡੀ ਮੇਰੇ ਖਿਆਲ ਡਿਊਟੀ ਗਏ ਹੋਏ ਆ, ਸ਼ਾਇਦ ਆਉਣਗੇ ਜਾਂ ਨਹੀਂ, ਹਾਲੇ ਮੈਨੂੰ ਪਤਾ ਨਹੀਂ। ਸੋ ਡੈਡੀ ਹੁਣੇ ਗਏ ਆ? ਚਲੋ, ਡੈਡੀ ਕਹਿੰਦੇ ਹੁਣੇ ਗਏ ਆ। ਸੋ ਮੈਂ ਕਰਦਾ ਤਿਆਰੀ, ਅੱਜ ਅਸੀਂ ਤਿੰਨੇ ਜਣੇ ਹਾਂ। ਸੋ ਪਹਿਲਾਂ ਮੇਰੀ ਬਾਰਬੀਕਿਊ ਬਾਲਣੇ ਦੀ ਸਲਾਹ ਸੀਗੀ, ਪਰ ਜਿਹੜੇ ਕੋਲੇ ਸੀਗੇ ਉਹ ਮੋਟਰ ਦੇ ਪਏ ਆ। ਸੋ ਦੈਟਸ ਵਾਈ ਲੇਟ ਹੋ ਗਿਆ ਕੰਮ, ਅਤੇ ਹੁਣ ਚੱਕਣ ਜਾ ਨਹੀਂ ਹੋਣਾ। ਅਤੇ ਹੁਣ ਆਪਾਂ ਕਰਦੇ ਹਾਂ ਤਿਆਰੀ ਲੋਹੜੀ ਦੀ, ਆ ਜਾਓ ਕਰੀਏ। ਮੀਂਹ ਪੈਣੇ ਕਰਕੇ ਲੱਕੜੀ ਹੋਈ ਵੀ ਹੈ ਜ਼ਿਆਦਾਤਰ ਸਾਰੀ ਗਿੱਲੀ। ਸੋ ਆਪਾਂ ਹੁਣ ਥੋੜ੍ਹੀਆਂ ਦੇਖ ਕੇ ਕੱਢ ਕੇ ਲਿਆਏ ਆ, ਪਾਥੀਆਂ 'ਚ ਲਾ ਦਾਂਗੇ, ਪਾਥੀਆਂ 'ਚ ਸੁੱਕ ਜੂਗਾ। ਆਪਾਂ ਕਰਦੇ ਹਾਂ ਤਿਆਰੀ, ਫਿਰ ਤੁਹਾਨੂੰ ਦਿਖਾਉਂਦਾ। ਤਕਰੀਬਨ ਮੈਕਸੀਮਮ ਆਪਣਾ ਸਮਾਨ ਰੈਡੀ ਹੋ ਗਿਆ। ਸਮਾਨ ਕੀ ਹੈ, ਆਪਾਂ ਨੇ ਢੋਲ ਦਾ ਢੱਕਣ ਪਿਆ ਸੀਗਾ ਤਾਂ ਕਿ ਇੱਟਾਂ ਨੀਚੇ ਖਰਾਬ ਨਾ ਹੋਣ, ਉਹ ਰੱਖ ਲੋਹਾ ਨਾ ਖਰਾਬ ਹੋਵੇ, ਇਸ ਕਰਕੇ ਆਪਾਂ ਨੇ ਥੱਲੇ ਸਵਾਹ ਵਿਛਾ ਲਈ। ਠੀਕ ਹੈ ਜੀ, ਥੋੜ੍ਹੀ ਥੋੜ੍ਹੀ ਸਵਾਹ ਵਿਛਾ ਕੇ ਫਿਰ ਆਪਾਂ ਲਾਵਾਂਗੇ ਪਾਥੀਆਂ, ਡੱਕੇ, ਲੱਕੜੀ ਥੋੜ੍ਹੀ ਜਿਹੀ, ਅਤੇ ਆਹ ਗੁੱਲੇ ਹੈ ਜਿਹੜੀ ਆਪਾਂ ਮੱਕੀ ਕੱਢੀ ਸੀਗੀ, ਅਤੇ ਗੁੱਲੇ ਪਏ ਹੈ ਉਹ ਵੀ ਲਾਵਾਂਗੇ ਵਿੱਚ। ਸੋ ਕਰਦਾ ਮੈਂ ਤਿਆਰ ਇਹਨੇ ਥੋੜ੍ਹਾ ਜਿਹਾ ਇਹਨੂੰ, ਫਿਰ ਤੁਹਾਨੂੰ ਨਾਲੇ ਦਿਖਾਉਂਦੇ ਕਰਨ ਲੱਗਿਆ ਜੀ ਹੁਣ ਇਹਨੂੰ ਤਿਆਰ। ਤੁਸੀਂ ਕਰੋ ਸਾਡਾ ਬਲੌਗ ਇੰਜੋਏ, ਅਤੇ ਜਿਹਨਾਂ ਇੰਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਚੈਨਲ ਸਬਸਕ੍ਰਾਈਬ ਕਰ ਲਓ। ਸੋ ਇਹਨੂੰ ਰੈਡੀ ਕਰਕੇ ਫਿਰ ਮੈਂ ਤੁਹਾਨੂੰ ਅੱਗੇ ਦਿਖਾਉਂਦਾ ਕਿੱਦਾਂ ਆਪਾਂ ਤਿਆਰ ਕਰਦਾ। ਆਪਾਂ ਕਰਤਾ ਆਪਣਾ ਤਿਆਰ, ਇਹ ਸਮਾਨ ਸਾਰਾ ਲੋਹੜੀ ਦੀ ਤਿਆਰੀ ਕਰਤੀ ਹੈ ਪੂਰੀ, ਅਤੇ ਨਾਪਰੀ ਤਾਂ ਹੁਣ ਆਪਣਾ ਅੰਦਰ ਤਿਆਰ ਕਰ ਰਹੀ ਹੈ ਸਮਾਨ ਸਾਰਾ, ਅਤੇ ਆਪਾਂ ਇਹਨੂੰ ਬਾਲਦੇ ਹਾਂ ਨੇ, ਕਿਉਂਕਿ ਲੱਕੜੀਆਂ ਵੀ ਥੋੜ੍ਹੀਆਂ ਗਿੱਲੀਆਂ ਔਰ ਮੌਸਮ ਮੀਂਹ ਪੈਣੇ ਕਰਕੇ ਨਰਮ ਹੋਇਆ ਹੋਇਆ ਸੀਗਾ, ਤਾਂ ਕਰਕੇ ਆਪਾਂ ਹੁਣ ਬਾਲਦੇ ਹਾਂ ਉਹਨੂੰ, ਹੌਲੀ ਟਰਾਈ ਕਰਦੇ ਹਾਂ ਤਿਆਰੀ। ਸੋ ਪੈਰੀ ਵੀ ਸਾਡਾ ਹਾਊਸ ਮੈਂਬਰ ਹੈ, ਸਾਡਾ ਹਾਊਸ ਮੈਂਬਰ ਹੈ, ਇਹ ਵੀ ਸਾਡੇ ਨਾਲ ਅੱਜ ਲੋਹੜੀ ਮਨਾਉਂਦਾ ਨਾ ਮੈਨੂੰ ਇਹ ਬਾਈ ਜਿੱਦੀ ਹੈ ਨਾ ਕੋਟੀ ਪਾਈ ਹੈ ਚਾਵਲ ਹੀ ਫਿਰਦੀ ਹੈ। ਸੋ ਜਿਹੜਾ ਆਪਾਂ ਇਹ ਪ੍ਰੋਜੈਕਟ ਲਾਇਆ ਸੀਗਾ ਅੱਗ ਲਾਉਣੇ ਲਈ, ਵਧੀਆ ਕਾਮਯਾਬ ਲੱਗ ਰਿਹਾ, ਤਾਂ ਕਿ ਗਿੱਲੀ ਲੱਕੜੀ ਨੂੰ ਅੱਗ ਜਿਹੜੀ ਛੇਤੀ ਲੱਗ ਜਾਵੇ। ਕਰਕੇ ਆਪਣੀ ਥਾਲੀ ਪਲੇਟਾਂ ਤਿਆਰ ਆ ਗਏ, ਮੰਮੀ ਵੀ ਬੈਠ ਗਈ ਨਾਲ ਧੂਣੀ ਦੇ ਨੇੜੇ, ਸੋ ਪੈਰੀ ਵੀ ਇਹਦੇ ਨਾਲ ਨਾਲ ਫਿਰਦੀ ਹੈ। ਲਓ ਜੀ, ਸਮਾਨ ਹੋ ਗਿਆ ਰੈਡੀ, ਬਾਕੀ ਪਿੰਨੀਆਂ ਮੰਮੀ ਨੇ ਹਜੇ ਰੱਖੀਆਂ ਨਹੀਂ, ਸੋ ਅਸੀਂ ਟੇਕਦੇ ਹੁਣ ਮੱਥਾ। ਸਤਿ ਸ਼੍ਰੀ ਅਕਾਲ।
तो लो जी आप कर रहे हैं लोहड़ी इंजॉय पूरी बाल के एन वधिया ते पैरी भी आ नापरी दे नाल लगी हुई है खान पैरी सो आप अपना टेबल ही बैठे हैं ते खा पी रहे हैं सारे। तो डैडी साडा गया ड्यूटी ते सिमी और हैरी उन्होंने असी मिस कर रहे हैं जो भी होंगे तो साढ़े नाल होंगे इतने शायद कोविड करके उन्हों का कोविड करके वो लॉकडाउन च फस गए जी। बाय बाय, रब रखा।